ਟੁੱਟੇ ਹੋਏ ਅਲਮਾਰੀਆਂ ਦੇ ਤਾਲੇ ਤੇ ਖਿਲਰਿਆ ਹੋਇਆ ਸਮਾਨ। ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਪਰਿਵਾਰ ਨਵੀਂ ਕਾਰ ਖਰੀਦਣ ਗਿਆ ਸੀ ਤਾਂ ਪਿੱਛੋਂ ਚੋਰਾਂ ਨੇ ਸਾਰਾ ਘਰ ਹੀ ਸਾਫ ਕਰਤਾ। ਦਰਅਸਲ ਘਰ ਦੇ ਬਾਹਰ ਤਾਲਾ ਲੱਗਾ ਦੇਖ ਕੇ ਚੋਰ ਘਰ ਦੇ ਅੰਦਰ ਵੜ ਆਏ, ਅਲਮਾਰੀਆਂ ਦੇ ਤਾਲੇ ਤੋੜ ਕੇ ਗਹਿਣੇ ਤੇ ਨਗਦੀ ਚੋਰੀ ਕਰ ਲਈ। ਇਹਨਾਂ ਹੀ ਨਹੀਂ, ਘਰ ਚ ਪਈਆਂ ਕੀਮਤੀ ਚੀਜ਼ਾਂ ਵੀ ਆਪਣੇ ਨਾਲ ਲੈ ਗਏ। ਰਸੋਈ ਦੇ ਵਿੱਚੋਂ ਗੈਸ ਸਿਲੰਡਰ ਤੱਕ ਚੁੱਕ ਕੇ ਲੈ ਗਏ। ਪਰਿਵਾਰ ਜਦੋਂ ਘਰ ਵਾਪਸ ਪਹੁੰਚਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਵੀਂ ਕਾਰ ਖਰੀਦਣ ਦੇ ਲਈ ਸਾਰਾ ਪਰਿਵਾਰ ਹੀ ਘਰ ਤੋਂ ਬਾਹਰ ਗਿਆ ਸੀ ਤੇ ਜਦੋਂ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਨੇ। ਜਿਸ ਤੋਂ ਬਾਅਦ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਵੀ ਦਰਵਾਜ਼ੇ ਖੁੱਲੇ ਹੋਏ ਸਨ, ਸਮਾਨ ਖਿਲਰਿਆ ਪਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਘਰ 'ਚ ਚੋਰ ਵੜੇ ਨੇ ਤੇ ਚੋਰੀ ਕਰਕੇ ਨੇ। ਪਰਿਵਾਰ ਦਾ ਕਹਿਣਾ ਹੈ ਕਿ ਚੋਰ 3 ਤੋਲੇ ਸੋਨੇ ਦੇ ਗਹਿਣੇ ਅਤੇ 25 ਤੋਂ 30 ਹਜ਼ਾਰ ਦੀ ਨਗਦੀ ਆਪਣੇ ਨਾਲ ਲੈ ਗਏ ਨੇ, ਨਾਲ ਹੀ ਕੀਮਤੀ ਘੜੀਆਂ ਤੇ ਹੋਰ ਵੀ ਕੀਮਤੀ ਸਮਾਨ ਤੱਕ ਚੁੱਕ ਕੇ ਲੈ ਗਏ ਨੇ। ਰਸੋਈ ਦੇ ਵਿੱਚੋਂ ਗੈਸ ਸਿਲੰਡਰ ਤੱਕ ਨਹੀਂ ਛੱਡਿਆ, ਇਹ ਚੋਰ ਉਹ ਵੀ ਚੁੱਕ ਕੇ ਲੈ ਗਏ। ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ। ਇਹ ਤਸਵੀਰਾਂ ਦੀਨਾ ਨਗਰ ਦੇ ਇੱਕ ਘਰ ਦੀਆਂ ਨੇ ਜਿੱਥੇ ਚੋਰਾਂ ਦੇ ਵੱਲੋਂ ਤਾਲਾ ਦੇ ਕੇ ਅੰਦਰ ਵੜ ਕੇ ਚੋਰੀ ਕੀਤੀ ਗਈ ਹੈ। ਪਰਿਵਾਰ ਨਵੀਂ ਕਾਰ ਖਰੀਦਣ ਦੇ ਲਈ ਗਿਆ ਹੋਇਆ ਸੀ ਤਾਂ ਪਿੱਛੋਂ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਪਈ ਕੱਲੀ ਕੱਲੀ ਚੀਜ਼ ਚੋਰੀ ਕਰ ਲਈ ਗਈ ਹੈ। ਫਿਲਹਾਲ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਆਏ ਦਿਨ ਚੋਰੀਆਂ ਹੁੰਦੀਆਂ ਨੇ, ਸੋ ਇਹਨਾਂ ਚੋਰਾਂ ਦੇ ਉੱਤੇ ਨਕੇਲ ਕਸਣੀ ਜ਼ਰੂਰੀ ਹੈ, ਜਿਸ ਦੇ ਲਈ ਉਹਨਾਂ ਨੇ ਪੁਲਿਸ ਨੂੰ ਵੀ ਅਪੀਲ ਕੀਤੀ ਹੈ। ਗੱਡੀ ਲੈਣ ਜਾਣਾ ਸੀ, ਨਿਊ ਲੈਣ ਗਏ ਜੀ, ਤੇ ਉਹ ਮਗਰੋਂ ਚੋਰੀ ਹੋ ਗਈ। ਅੱਛਾ, ਕੀ ਨੁਕਸਾਨ ਹੋਇਆ? ਮੇਰਾ ਸੋਨਾ ਆ ਗਿਆ, ਸਿਲੰਡਰ ਗਿਆ, ਘੜੀਆਂ ਗਈਆਂ ਤੇ ਕੈਸ਼ ਗਿਆ ਥੋੜਾ ਜਿਹਾ। ਹਾਂ, ਕਿੰਨੇ ਤੋਲੇ? 3.5 ਤੋਲੇ ਗਿਆ ਸੋਨਾ। ਕੈਸ਼ ਕਿੰਨਾ ਗਿਆ? 25-30 ਹਜ਼ਾਰ ਰੁਪਇਆ ਕੀਤੀ ਉਦਾਂ। ਹਾਂਜੀ, ਤੇ ਹੁਣ ਦੇਖੋ ਕੀ ਕਰਦੇ ਅਗੇ। ਪੁਲਿਸ ਆਈ ਹੈ? ਜੀ ਆਈ ਤੇ ਹੈ, ਲੈ ਕੇ ਤਾਂ ਲੈ ਗਿਆ, ਹੁਣ ਅੱਗੇ ਐਫ ਆਈ ਆਰ ਦਾ ਹੁਣ ਪਤਾ ਨਹੀਂ ਦੇਖੋ ਕੀ ਕਰਦੇ ਹੁਣ। ਠੀਕ ਹੈ, ਤੇ ਘੱਟੋ ਜੀ 2 ਵਜੇ ਤੇ ਲੱਗ ਸਕੇ। ਠੀਕ ਹੈ ਜੀ, ਠੀਕ ਹੈ। ਤੁਸੀਂ ਕੀ ਚਾਹੁੰਦੇ ਹੋ? ਆਏ ਹਾਂ ਇਨਸਾਫ ਮਿਲੇ ਸਾਨੂੰ, ਕਹਿੰਦੇ ਜਲਦੀ ਤੋਂ ਜਲਦੀ ਇਨਸਾਫ ਮਿਲੇ ਸਾਨੂੰ। ਟੁੱਟੇ ਹੋਏ ਅਲਮਾਰੀਆਂ ਦੇ ਤਾਲੇ ਤੇ ਖਿਲਰਿਆ ਹੋਇਆ ਸਮਾਨ। ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਪਰਿਵਾਰ ਨਵੀਂ ਕਾਰ ਖਰੀਦਣ ਗਿਆ ਸੀ ਤਾਂ ਪਿੱਛੋਂ ਚੋਰਾਂ ਨੇ ਸਾਰਾ ਘਰ ਹੀ ਸਾਫ ਕਰਤਾ। ਦਰਅਸਲ ਘਰ ਦੇ ਬਾਹਰ ਤਾਲਾ ਲੱਗਾ ਦੇਖ ਕੇ ਚੋਰ ਘਰ ਦੇ ਅੰਦਰ ਵੜ ਆਏ, ਅਲਮਾਰੀਆਂ ਦੇ ਤਾਲੇ ਤੋੜ ਕੇ ਗਹਿਣੇ ਤੇ ਨਗਦੀ ਚੋਰੀ ਕਰ ਲਈ। ਇਹਨਾਂ ਹੀ ਨਹੀਂ, ਘਰ 'ਚ ਪਈਆਂ ਕੀਮਤੀ ਚੀਜ਼ਾਂ ਵੀ ਆਪਣੇ ਨਾਲ ਲੈ ਗਏ। ਰਸੋਈ ਦੇ ਵਿੱਚੋਂ ਗੈਸ ਸਿਲੰਡਰ ਤੱਕ ਚੁੱਕ ਕੇ ਲੈ ਗਏ। ਪਰਿਵਾਰ ਜਦੋਂ ਘਰ ਵਾਪਸ ਪਹੁੰਚਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਵੀਂ ਕਾਰ ਖਰੀਦਣ ਦੇ ਲਈ ਸਾਰਾ ਪਰਿਵਾਰ ਹੀ ਘਰ ਤੋਂ ਬਾਹਰ ਗਿਆ ਸੀ ਤੇ ਜਦੋਂ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਨੇ। ਜਿਸ ਤੋਂ ਬਾਅਦ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਵੀ ਦਰਵਾਜ਼ੇ ਖੁੱਲੇ ਹੋਏ ਸਨ, ਸਮਾਨ ਖਿਲਰਿਆ ਪਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਘਰ 'ਚ ਚੋਰ ਵੜੇ ਨੇ ਤੇ ਚੋਰੀ ਕਰਕੇ ਨੇ। ਪਰਿਵਾਰ ਦਾ ਕਹਿਣਾ ਹੈ ਕਿ ਚੋਰ 3 ਤੋਲੇ ਸੋਨੇ ਦੇ ਗਹਿਣੇ ਅਤੇ 25 ਤੋਂ 30 ਹਜ਼ਾਰ ਦੀ ਨਗਦੀ ਆਪਣੇ ਨਾਲ ਲੈ ਗਏ ਨੇ, ਨਾਲ ਹੀ ਕੀਮਤੀ ਘੜੀਆਂ ਤੇ ਹੋਰ ਵੀ ਕੀਮਤੀ ਸਮਾਨ ਤੱਕ ਚੁੱਕ ਕੇ ਲੈ ਗਏ ਨੇ। ਰਸੋਈ ਦੇ ਵਿੱਚੋਂ ਗੈਸ ਸਿਲੰਡਰ ਤੱਕ ਨਹੀਂ ਛੱਡਿਆ, ਇਹ ਚੋਰ ਉਹ ਵੀ ਚੁੱਕ ਕੇ ਲੈ ਗਏ। ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ। ਇਹ ਤਸਵੀਰਾਂ ਦੀਨਾ ਨਗਰ ਦੇ ਇੱਕ ਘਰ ਦੀਆਂ ਨੇ ਜਿੱਥੇ ਚੋਰਾਂ ਦੇ ਵੱਲੋਂ ਤਾਲਾ ਦੇ ਕੇ ਅੰਦਰ ਵੜ ਕੇ ਚੋਰੀ ਕੀਤੀ ਗਈ ਹੈ। ਪਰਿਵਾਰ ਨਵੀਂ ਕਾਰ ਖਰੀਦਣ ਦੇ ਲਈ ਗਿਆ ਹੋਇਆ ਸੀ ਤਾਂ ਪਿੱਛੋਂ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਪਈ ਕੱਲੀ ਕੱਲੀ ਚੀਜ਼ ਚੋਰੀ ਕਰ ਲਈ ਗਈ ਹੈ। ਫਿਲਹਾਲ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਆਏ ਦਿਨ ਚੋਰੀਆਂ ਹੁੰਦੀਆਂ ਨੇ, ਸੋ ਇਹਨਾਂ ਚੋਰਾਂ ਦੇ ਉੱਤੇ ਨਕੇਲ ਕਸਣੀ ਜ਼ਰੂਰੀ ਹੈ, ਜਿਸ ਦੇ ਲਈ ਉਹਨਾਂ ਨੇ ਪੁਲਿਸ ਨੂੰ ਵੀ ਅਪੀਲ ਕੀਤੀ ਹੈ।
ਗੱਡੀ ਲੈਣ ਜਾਣਾ ਸੀ, ਨਿਊ ਲੈਣ ਗਏ ਅਤੇ ਉਹ ਮਗਰੋਂ ਚੋਰੀ ਹੋ ਗਈ। ਅੱਛਾ, ਕੀ ਨੁਕਸਾਨ ਹੋਇਆ? ਸੋਨਾ ਆ ਗਿਆ, ਸਿਲੰਡਰ ਗਿਆ, ਘੜੀਆਂ ਗਈਆਂ ਅਤੇ ਕੈਸ਼ ਗਿਆ ਥੋੜ੍ਹਾ ਜਿਹਾ। ਹਾਂ, ਕਿੰਨੇ ਤੋਲੇ? 3.5 ਤੋਲੇ ਗਿਆ ਸੋਨਾ। ਕੈਸ਼ ਕਿੰਨਾ ਗਿਆ? 25-30 ਹਜ਼ਾਰ ਰੁਪਇਆ ਕੀਤੀ ਉੱਦਾਂ। ਹਾਂਜੀ, ਅਤੇ ਹੁਣ ਦੇਖੋ ਕੀ ਕਰਦੇ ਅੱਗੇ। ਪੁਲਿਸ ਆਈ ਹੈ? ਜੀ ਆਈ ਤਾਂ ਹੈ, ਲੈ ਕੇ ਤਾਂ ਲੈ ਗਏ, ਹੁਣ ਅੱਗੇ ਐਫ ਆਈ ਆਰ ਦਾ ਹੁਣ ਪਤਾ ਨਹੀਂ ਦੇਖੋ ਕੀ ਕਰਦੇ ਹੁਣ। ਠੀਕ ਹੈ, ਅਤੇ ਘੱਟੋ ਜੀ 2 ਵਜੇ ਤੋਂ ਲੱਗ ਸਕੇ। ਠੀਕ ਹੈ ਜੀ, ਠੀਕ ਹੈ। ਤੁਸੀਂ ਕੀ ਚਾਹੁੰਦੇ ਹੋ? ਆਏ ਹਾਂ ਇਨਸਾਫ਼ ਮਿਲੇ ਸਾਨੂੰ, ਜਲਦੀ ਤੋਂ ਜਲਦੀ ਇਨਸਾਫ਼ ਮਿਲੇ ਸਾਨੂੰ।